ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪੰਥ ਦੇ ਬਹੁਤ ਵੱਡੇ ਪੁਰਸ਼ ਪਾਠ ਦੇ ਵਿੱਚ ਬਰਸੀ ਦੇ ਵਿੱਚ ਹਾਜ਼ਰ ਹੋਏ ਹਾਂ। ਸਰਦਾਰ ਸੁੱਚਾ ਸਿੰਘ ਜੀ ਛੋਟੇਪੁਰ ਇਸ ਖਾਨਦਾਨ ਦੇ ਜਵਾਈ ਸਾਹਿਬ ਨੇ ਜਿਨ੍ਹਾਂ ਨੂੰ ਸਾਰਾ ਇਹਨਾਂ ਦਾ ਇਤਿਹਾਸ ਪਤਾ ਹੈ, ਜੋ ਕੁਛ ਤੁਰ ਸਾਹਿਬ ਨੇ ਕੀਤਾ ਪੰਥ ਦੇ ਲਈ ਬਹੁਤ ਜ਼ੁਲਮ ਝੱਲੇ। ਜਦੋਂ ਕੈਰੋ ਦੇ ਖਿਲਾਫ ਖੜ ਗਏ ਤਾਂ ਸਰਕਾਰ ਨੇ ਜਬਰਨ ਤੁਰ ਸਾਹਿਬ ਨੂੰ 34 ਵੋਟਾਂ ਤੋਂ ਹਰਾਇਆ ਪ੍ਰਤਾਪ ਸਿੰਘ ਕੈਰੋ ਤੋਂ। ਉਹਨਾਂ ਦਾ ਲੰਗਰ ਮੱਛਰ ਉਹ ਵੀ ਕੈਰੋ ਨੇ ਖਿਲਾ ਤਾ ਤੇ ਸਾਰੇ ਖਾਨਦਾਨ ਦੇ ਉੱਤੇ ਜਬਰ ਕੀਤਾ। ਪਰ ਤੁਰ ਸਾਹਿਬ ਨੇ ਪੰਥ ਦਾ ਕਦੇ ਸਾਥ ਨਹੀਂ ਛੱਡਿਆ। ਕੀ ਹੈ ਪੰਜਾਬੀ ਸੂਬਾ ਮੋਰਚਾ, ਜਿਹਦੇ ਵਿੱਚ ਕੈਰੋ ਨੇ 60,000 ਸਿੱਖ ਕੈਦ ਦੇ ਵਿੱਚ ਦਿੱਤੇ। ਕਰਨਾਲ ਦਾ ਮੋਰਚਾ ਤੁਰ ਸਾਹਿਬ ਦਾ ਸਿੰਘ ਭੁੱਲ ਨਹੀਂ ਸਕਦੇ ਹੈਗੇ। ਇਹਨਾਂ ਦੀ ਜਿਹੜੀ ਕੁਰਬਾਨੀ ਹੈ, ਇਹਨਾਂ ਨੇ ਆਪਣੇ ਘਰ ਦੇ ਲਈ ਕੋਈ ਜਾਇਦਾਦ ਜਾਂ ਆਪਣਾ ਸਵਾਰਿਆ ਨਹੀਂ ਹੈ। ਹਮੇਸ਼ਾ ਆਖਰੀ ਸਮੇਂ ਤੱਕ ਪੰਥ ਦੇ ਨਾਲ ਬਹੁਤ ਅਰੀ ਤੇ ਸੱਚਾਈ ਨਿਭਾਈ ਹੈ। ਸੋ ਅਸੀਂ ਸਾਰੇ ਇਹਨਾਂ ਦੀ ਬਹੁਤ ਕਦਰ ਕਰਦੇ ਹਾਂ, ਇੱਜ਼ਤ ਕਰਦੇ ਹਾਂ। ਅੱਜ ਪੰਥ ਦੇ ਉੱਤੇ ਫੇਰ ਕਾਲੇ ਪੱਤਰ ਆਏ ਹੋਏ ਹੈ, ਜਿਹਦੇ ਬਾਰੇ ਕੋਈ ਵੀ ਸਿੱਖ ਉਹ ਕਾਲੇ ਪੱਤਰਾਂ ਦਾ ਜ਼ਿਕਰ ਨਹੀਂ ਕਰਦਾ। ਕਿਉਂ ਕਰਕੇ ਬੀਜੇਪੀ ਆਰਐਸਐਸ ਹਿੰਦੁੱਤਵਾ ਨੇ ਮੋਦੀ ਨੇ ਜ਼ੁਲਮ ਸਿੱਖਾਂ ਦੇ ਉੱਤੇ ਇੰਨਾ ਸ਼ੁਰੂ ਕੀਤਾ ਹੈ ਕਿ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਲੀਡਰ ਖਾਲਿਸਤਾਨ ਦੀ ਗੱਲ ਕਰੂੰਗਾ, ਬੇਸ਼ੱਕ ਉਹ ਵਿਦੇਸ਼ਾਂ ਚ ਬੈਠਾ ਹੋਵੇ, ਬੇਸ਼ੱਕ ਇੱਥੇ ਹਿੰਦੁਸਤਾਨ ਦੇ ਵਿੱਚ ਹੋਵੇ, ਉਸ ਨੂੰ ਜਾਨੋ ਮਾਰ ਦੇਣਾ। ਇਸੀ ਲੜੀ ਦੇ ਵਿੱਚ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੰਜਲ ਨੂੰ, ਰਿੰਪੂ ਦਮਨ ਸਿੰਘ ਮਰਗ ਨੂੰ, ਸੁਖਦੂਤ ਸਿੰਘ ਨੂੰ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ, ਲਖਬੀਰ ਸਿੰਘ ਰੋਟੇ ਨੂੰ,
ਸਾਰਿਆਂ ਨੂੰ ਕਤਲ ਕਰਾਇਆ। ਔਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਗੁਰਸੇਵਾਲ ਨੂੰ, ਇਹਦੇ ਬਾਰੇ ਕੋਈ ਅਖਬਾਰ ਨਹੀਂ ਲਿਖਦੀ, ਕੋਈ SGPC ਵੀ ਬੋਲਦੀ, ਕੋਈ ਕੁਛ ਨਹੀਂ ਬੋਲਦਾ। ਜੇ ਅਮਰੀਕਾ ਤੇ ਕੈਨੇਡਾ ਤੇ ਬਰਤਾਨੀਆ ਇਹਦਾ ਟਾਕਰਾ ਨਾ ਕਰਦੇ ਤਾਂ ਪਤਾ ਨਹੀਂ ਅੱਜ ਤੱਕ ਕਿੰਨੇ ਸਿੱਖ ਲੀਡਰਾਂ ਨੂੰ ਮੋਦੀ ਤੇ BJP ਨੇ ਮਰਵਾ ਦੇਣਾ ਸੀ। ਇਹ ਪੋਲਿਸੀ BJP RSS ਦੀ ਸੋਸਾਲ ਸੰਗਠਨ, ਇਹ ਜਿਹੜੀ ਪੋਲਿਸੀ ਹੈ ਇਹਦਾ ਵਰਣਨ ਅਸੀਂ ਪਾਰਲੀਮੈਂਟ ਦੇ ਵਿੱਚ ਕੀਤਾ ਹੈ, ਪਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਮੈਨੂੰ ਪਤਾ ਲੱਗਿਆ ਕਿ ਜਦੋਂ ਇਹ ਕਤਲ ਸ਼ੁਰੂ ਹੋਏ ਹੈ, ਲੀਡਰ ਆਫ ਦੀ ਓਪੋਜੀਸ਼ਨ BP ਸੋਨੀਆ ਕੋਲ ਮੈਂ ਗਿਆ, ਮੈਂ ਕਿਹਾ ਇਹ ਜਿਹੜੇ ਕਤਲ ਮੋਦੀ ਕਰਵਾ ਰਹੇ ਹੈ, ਤੁਸੀਂ ਵਿਰੋਧੀ ਤੇ ਰਹਿ ਗਏ ਹੋ, ਇਸ ਦੇ ਉੱਤੇ ਆਪਾਂ ਨੂੰ ਬੋਲਣਾ ਪਊਗਾ। BP ਕਹਿੰਦੀ ਕਰਦੇ ਹੈ, ਚੌਧਰੀ ਸੀਗਾ ਲੀਡਰ ਵਿਰੋਧੀ ਧਿਰ ਦਾ ਕਾਂਗਰਸ ਦਾ, ਉਹਨੂੰ ਮੈਂ ਕਿਹਾ, ਉਹ ਵੀ ਕਹਿੰਦਾ ਕਿ ਅਸੀਂ ਕਰਦੇ ਹਾਂ। ਸਰਦਾਰ ਸੁਖਬੀਰ ਸਿੰਘ ਨੂੰ ਵੀ ਫੜਿਆ, ਉਹਨਾਂ ਨੇ ਸਰਦਾਰਨੀ ਸਾਹਿਬ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਕਰਦੇ ਹਾਂ। ਫਿਰ ਸਿਆਣੇ ਕਾਂਗਰਸ ਵਾਲੇ ਨੂੰ ਮੈਂ ਪੁੱਛਿਆ ਕਿ ਤੁਸੀਂ ਦੱਸੋ ਕਿ ਇੱਡਾ ਜ਼ੁਲਮ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਿੱਖਾਂ ਦੇ ਉੱਤੇ ਹੋ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਹੋ ਰਹੀ, ਤੇ ਬੜੀ ਮੁਸ਼ਕਲ ਦੇ ਨਾਲ ਮੈਨੂੰ ਨਾਂ ਦਰਜ ਕੀਤਾ, ਗੱਲ ਕੀ ਹੈ? ਉਹ ਕਹਿੰਦਾ ਕਿ ਤੁਸੀਂ IPS ਅਫਸਰ ਰਹੇ ਹੋ, ਤੁਸੀਂ ਸਿਆਣੇ ਹੋ, ਤੁਸੀਂ MP ਰਹੇ ਹੋ, ਸਾਰਾ ਜੀਵਨ ਤੁਸੀਂ ਸਿਆਸਤ ਦੇ ਵਿੱਚ ਬਿਤਾ ਲਿਆ, ਪਰ ਮੈਨੂੰ ਬੜੀ ਹੈਰਾਨਗੀ ਹੈ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਇਹ ਇੰਡੀਆ ਦੀ ਨੈਸ਼ਨਲ ਕੌਮੀ ਪਾਲਿਸੀ ਹੈ, ਇਹਦੇ ਉੱਤੇ ਕਾਂਗਰਸ ਨਹੀਂ ਬੋਲ ਸਕਦੀ। ਜਿਵੇਂ ਉਹ ਕਹਿੰਦਾ ਕਾਂਗਰਸ ਨੇ ਬਲੂ ਸਟਾਰ ਕੀਤਾ ਸੀ, ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਕਰਵਾਏ ਸੀ, ਪਰ BJP ਵਿਰੋਧੀ ਧਿਰ ਨੇ, ਵਾਜਪਾਈ ਨੇ ਕਿਹਾ ਸੀਗਾ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਤੇ ਅਡਵਾਨੀ ਨੇ ਕਿਹਾ ਸੀ 6 ਮਹੀਨੇ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ। ਹੁਣ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਇਸ ਮੁੱਦੇ ਨੂੰ ਚੱਕੇ, ਇਹ ਇੰਡੀਆ ਦੀ ਕੌਮੀ ਪਾਲਿਸੀ ਹੈ, ਇਹਦੇ ਵਿਰੁੱਧ ਅਸੀਂ ਨਹੀਂ ਬੋਲ ਸਕਦੇ।
ਆ ਥੋੜੇ ਦਿਨ ਹੋਏ ਚੰਨੀ ਸਾਹਿਬ ਸਾਡੇ ਚੀਫ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਬੋਲੇ ਹੈ। ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਦੀ ਸਜ਼ਾ ਦੱਸੀ ਹੈ ਔਰ ਕਿਹਾ ਕਿ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ। ਪਰ ਕਾਂਗਰਸ ਦਾ ਜਨਰਲ ਸਕੱਤਰ ਜੈ ਰਾਮ ਰਮੇਸ਼ ਉਸਨੇ ਕਿਹਾ ਕਿ ਇਹ ਨਿੱਜੀ ਅਲਫਾਜ਼ ਚੀਫ ਮਿਨਿਸਟਰ ਸਾਹਿਬ ਦੇ ਹੈਗੇ ਹੈ, ਚੰਨੀ ਸਾਹਿਬ ਦੇ, ਇਹ ਸਾਡੀ ਕਾਂਗਰਸ ਦੀ ਪਾਲਿਸੀ ਨਹੀਂ ਹੈ। ਜਿਹਦਾ ਮਤਲਬ ਹੈ ਕਿ ਅੰਮ੍ਰਿਤਪਾਲ ਅਤੇ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦਾ ਜਿਹੜਾ ਮਾਮਲਾ ਹੈ ਇਹ ਦੋਨੋਂ ਪਾਰਟੀਆਂ ਦਾ, ਹਿੰਦੁੱਤਵਾ ਦਾ ਇਕੱਠ ਹੈ। ਸੋ ਇਹ ਨਵੀਂ ਪਾਰਟੀ ਆ ਜਿੱਥੇ ਸੁਰਜੀਤ ਹੋ ਰਹੀ ਹੈ, ਕੋਈ ਗੱਲ ਸਾਨੂੰ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਰਟੀ ਬਣਨੀ ਹੈ ਅਕਾਲੀ ਦਲ, ਇਹਦਾ ਕੀ ਹੋਊਗਾ। ਤੁਰ ਸਾਹਿਬ ਦੇ ਉੱਤੇ ਜਬਰ ਕਰਕੇ ਬਰਗਾੜੀ ਦੇ ਵਿੱਚ ਜ਼ੁਲਮ ਕਰਕੇ ਰਾਜ ਕਰਦੀ ਹੋਈ ਪਾਰਟੀ ਨੇ ਸੈਣੀ ਤੋਂ ਦੋ ਸਿੱਖ ਮਰਵਾਏ, ਕੋਟਕਪੂਰੇ ਮਰਵਾਏ, ਗੋਲੀ ਚਲਵਾਈ, 328 ਸਰੂਪ ਮਾਰਗ ਦੇ ਗੈਰ ਕਰਤੇ। ਸੀਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ, ਸਿੱਖਾਂ ਦੀ ਪਾਰਲੀਮੈਂਟ ਹੈ, ਫਿਰ ਕਿਹੜੀ ਪਾਲਿਸੀ ਹੈ ਜਿਹੜੀ ਨਵੀਂ ਪਾਰਟੀ ਆ ਜਿੱਥੇ ਸਾਨੂੰ ਦੱਸੂਗੀ ਕਿ ਅਸੀਂ ਗਾਜਰਾਂ ਬੀਜਾਂਗੇ, ਮੂਲੀਆਂ ਬੀਜਾਂਗੇ, ਮੂੰਗੀ ਦੀ ਦਾਲ ਬੀਜਾਂਗੇ। ਜੇ ਤੁਸੀਂ ਸਾਨੂੰ ਦੱਸੋਗੇ ਨਹੀਂ ਕਿ ਅਸੀਂ ਕੀ ਕਰਾਂਗੇ, ਇਲੈਕਸ਼ਨ ਕਰਾਓਗੇ ਸੀਪੀਸੀ ਦੇ ਮੋਦੀ ਦੇ ਖਿਲਾਫ, ਰਾਜਨਾਥ ਸਿੰਘ ਦੇ ਖਿਲਾਫ, ਜੈਸ਼ੰਕਰ ਵਿਦੇਸ਼ੀ ਵਜ਼ੀਰ ਦੇ ਖਿਲਾਫ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਇਲ ਦੇ ਖਿਲਾਫ, ਰੋ ਦੇ ਮੁਖੀ ਸਿਨੇ ਦੇ ਖਿਲਾਫ, ਸਾਬਕਾ ਰੋ ਦਾ ਮੁਖੀ ਗੋਇਲ ਜਿਹੜਾ ਗੁਰਦਾਸਪੁਰ ਦਾ SSP ਰਿਹਾ, ਛੋਟੇ ਗੁਰ ਸਾਹਿਬ ਦੱਸਣਗੇ ਕਿੰਨੇ ਬੰਦੇ ਉਸਨੇ ਸ਼ਹੀਦ ਕਰਾਏ। ਮੇਰਾ ਮਤਲਬ ਕਹਿਣ ਦਾ ਹੈ ਕਿ ਨਵੀਂ ਪਾਰਟੀ ਸਿੱਖਾਂ ਦੀ ਇਹ ਦੋਸ਼ੀਆਂ ਦੇ ਉੱਤੇ ਜਿਨ੍ਹਾਂ ਦੇ ਮੈਂ ਨਾਂ ਲਏ ਮੋਦੀ ਸਣੇ ਕਤਲ ਦੇ ਮੁਕੱਦਮੇ ਕਰਵਾਊਗੀ ਕਿ ਨਹੀਂ ਕਰਵਾਊਗੀ, ਇਹ ਕਾਨੂੰਨੀ ਗੱਲ ਹੈ, ਇਹ ਕਤਲ ਨਹੀਂ। ਬਾਹਰ ਦੇ ਮੁਲਕ ਦੇ ਵਿੱਚ ਅਮਰੀਕਾ ਨੂੰ ਉੱਥੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਅਮਰੀਕਾ ਦੀ ਸੋਵਰੇਨਿਟੀ ਹੈ, ਬਾਦਸ਼ਾਹੀ ਹੈ, ਵਲੈਤ ਦੀ ਸੋਵਰੇਨਿਟੀ ਹੈ, ਖੰਡੇ ਨੂੰ ਮਾਰਿਆ।
ਕੈਨੇਡਾ ਦੀ ਸੋਵਰਨਿਟੀ ਹੈ, ਇੰਡੀਆ ਨੇ ਤੋੜੀ ਹੈ, ਇਹਦਾ ਇੰਟਰਨੈਸ਼ਨਲ ਜ਼ੁਲਮ ਬਣਦੀ ਹੈ ਕਿ ਨਵੀਂ ਪਾਰਟੀ ਕਰੂਗੀ ਕੁਝ? ਜੇ ਕਰੂਗੀ ਤਾਂ ਫਿਰ ਤਾਂ ਇੱਥੇ ਆ ਕੇ ਇੱਡੇ ਵੱਡੇ ਕੁਰਬਾਨੀ ਦੇ ਪੁਰਖ ਦੀ ਬਰਸੀ ਤੇ ਆ ਕੇ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਨੂੰ ਕਰਨੀ ਤਾਂ ਫਾਇਦਾ ਹੋਊਗਾ। ਜੇ ਇੱਥੇ ਬੋਲ ਕੇ ਡਰ ਕੇ ਚਲੇ ਜਾਣਾ ਫਿਰ ਮੈਂ ਸਮਝਦਾ ਹੈ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਖਾਲਿਸਤਾਨ ਤੇ ਜਿੰਨਾ ਚਿਰ ਸਿੱਖ ਪਾਰਟੀਆਂ ਨਹੀਂ ਆਉਂਦੀਆਂ ਉਨਾ ਚਿਰ ਸਿੱਖ ਕੌਮ ਦਾ ਖੁਲਾਸਾ ਨਹੀਂ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।